ਹਲਕਾ ਰਾਜਾਸਾਂਸੀ ਦੇ ਪਿੰਡ ਕੱਕੜ ਵਿੱਚ ਰਵਿੰਦਰ ਸਿੰਘ ਨਾਮ ਦੇ ਲੜਕੇ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਰਵਿੰਦਰ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ 11 ਸਾਲ ਦਾ ਲੜਕਾ ਪਿੰਡ ਦੇ ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦਾ ਹੈ, ਜੋ ਕਿ 15 ਜੁਲਾਈ ਨੂੰ ਘਰੋਂ ਦੁਕਾਨ ਤੇ ਸੌਦਾ ਲੈਣ ਲਈ ਗਿਆ ਪਰ ਘਰ ਵਾਪਸ ਨਹੀਂ ਆਇਆ। ਜਿਸ ਸੰਬੰਧੀ ਉਹਨਾਂ ਭਾਲ ਵੀ ਕੀਤੀ ਪਰ ਨਹੀਂ ਮਿਲਿਆ। ਪੀੜਤ ਪਰਿਵਾਰ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ। ਮੇਰਾ ਬੇਟਾ 11 ਸਾਲਾਂ ਦਾ ਸੌਦਾ ਲੈਣ ਘੱਲਿਆ ਸੀ ਦੁਕਾਨ ਤੋਂ ਵਾਪਸ ਨਹੀਂ ਆਇਆ। ਉਹਦਾ ਨਾਂ ਵਿੱਕੀ, ਰਵਿੰਦਰ ਨਾਂ ਉਹਦਾ। 3 ਦਿਨ ਹੋ ਗਏ ਉਹਨੂੰ, ਐਤਵਾਰ 11 ਵਜੇ ਗਿਆ ਸੀ ਘਰੋਂ। ਸਾਰੇ ਕਦੇ ਭਾਲ ਕੀਤੀ ਆ, ਕਦੇ ਨਹੀਂ ਸਾਨੂੰ ਬੱਚਾ ਮਿਲਿਆ। ਸਾਡੀ ਇਹੋ ਹੀ ਆ ਬੇਨਤੀ ਆ ਅਫਸਰਾਂ ਗਾੜੀ ਵੀ ਸਾਡਾ ਜਲਦੋ ਜਲਦ ਸਾਡਾ ਬੱਚਾ ਸਾਡਾ ਜਿਹੜਾ ਲਾਪਤਾ ਹੋਇਆ ਉਹ ਜਲਦੋ ਜਲਦ ਸਾਨੂੰ ਲੱਭ ਕੇ ਦੇਣ। ਸ਼ੱਕ ਨਹੀਂ ਜੀ ਕਿਸੇ 'ਤੇ ਵੀ ਸਾਨੂੰ ਹੈਗਾ, ਪਰ ਸਾਡਾ ਬੱਚਾ ਜਿਹੜਾ ਅਫਸਰਾਂ ਗਾੜੀ ਵੀ ਬੇਨਤੀ ਸਾਡੀ ਵੀ ਸਾਡਾ ਬੱਚਾ ਤਲਾਸ਼ ਕੀਤਾ ਜਾਵੇ, ਜਿੱਥੇ ਵੀ ਕਦੇ ਵੀ ਹੈਗਾ ਵਾ ਬੱਚਾ ਸਾਡਾ ਘਰ ਵਾਪਸ ਆ ਜੇ। ਭਾਲ ਅਸੀਂ ਸਾਰੇ ਕਦੇ ਕੀਤੀ ਸਾਨੂੰ ਬੱਚਾ ਨਹੀਂ ਜੀ ਮਿਲਿਆ।